मुराद जी मुराद नहीं नहीं मैं मुराद नहीं मैं चंगेज आ छुरा मुराद जी मैं मुराद नहीं हां लेकिन मैं तोड़ियां कुछ मुरादा पूरी करते मुराद जी मेनू पहचान मैं सैती मेनू लगदा है ख्वाब है ख्वाब नहीं है मुराद तेरा मेरा प्यार इस दुनिया ते अमर है मुराद तू मेरे लिए मरे है मैं तेरे लिए मरी हां इस दुनिया ते साडियां रूहां फिर रहीयां ने मुराद जी तैनू पता मैं बड़ी मुश्किल करो तोड़ के आई हां तैनू मिलन लई मुराद मैं सैती मैनू पहचान मैं जदों दा तू मैनू कनेक्शन दित्ता मैनू सारा कुछ भूल गया पर तू मुराद नहीं हो सकदा क्यों तेरे ते हाथ ही बड़े ठंडे ने जिदे हाथ ते ठंडे ने ओ नहीं नहीं तू तू कोई ठंडी चीज नहीं 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 मैनू लगदा तू नहीं नहीं मेरा थर्मोस वाला हिसाब है ਬਾਹਰੋਂ ਠੰਡਾ ਹੁੰਦਾ ਹੈ ਮੁਰਾਦ ਜੀ ਤੂੰ ਮੈਨੂੰ ਪਛਾਣਿਆ ਨਹੀਂ ਮੁਰਾਦ ਮੈਂ ਤੁਹਾਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਜੀ ਨਾਲੇ ਮੈਂ ਮੁਰਾਦ ਤੂੰ ਚੋਰ ਮੈਂ ਤੇਰੀ ਚੋਰੀ ਬਲੋਚਾਹਾਨੀਆਂ ਬਲੈਕ ਐਂਡ ਵਾਈਟ ਦੌਰ ਦੀ ਗੱਲ ਹੈ ਹਾਂ ਅਸੀਂ ਦੋਵੇਂ ਉਸੇ ਦੌਰ ਦੇ ਆ ਅੱਛਾ ਜੀ ਅਸੀਂ ਮਰੇ ਆ ਇੱਥੇ ਸਾਡੀਆਂ ਰੂਹਾਂ ਫਿਰ ਰਹੀਆਂ ਨੇ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨੇ ਆ ਹਾਲਾਂਕਿ ਮੇਰੇ ਭਰਾ ਨੇ ਮੈਨੂੰ ਕਿਹਾ ਤੈਨੂੰ ਕੋਈ ਜ਼ਰੂਰਤ ਨਹੀਂ ਮੁਰਾਦ ਨਾਲ ਪਿਆਰ ਕਰਨ ਦੀ ਜੇ ਪਿਆਰ ਹੀ ਕਰਨਾ ਹੀ ਤੇ ਮਿਰਜ਼ੇ ਨਾਲ ਕਰ ਪਰ ਮੈਨੂੰ ਵੇਖ ਮੈਂ ਕਿੱਡੀ ਸ਼ਰੀਫ ਬੱਚੀ ਆ ਮੈਂ ਤੇਰੇ ਨਾਲ ਪਿਆਰ ਕਰ ਰਹੀ ਆ ਉਹ ਤੇਰਾ ਵਿਰਾਹ ਕੋਈ ਅੱਛਾ ਆਦਮੀ ਨਹੀਂ ਬੇਗੈਰਤ ਹੈ ਜਿਹੜਾ ਸਿੱਧੀ ਮਿਰਜ਼ੇ ਦੀ ਦਲੀਲ ਪੇ ਦਿੰਦਾ ਤੂੰ ਕੀ ਸਮਝਿਆ ਸੀ ਤੂੰ ਕੱਲਾ ਹੀ ਬੇਗੈਰਤ ਹੈ ਨਹੀਂ ਨਹੀਂ ਮੈਂ ਬਲੋਚ ਹੈ ਚੰਗੇ ਦਾ ਛੁਰਾ ਹਲੋ ਛੁਰਾ ਨਾ ਭਾਈ ਜੀ ਇਹ ਤੇ ਐਵੇਂ ਤਕੱਲਫ ਹੀ ਕੀਤਾ ਜੇ ਦਿਲ ਕੋਈ ਨਹੀਂ ਓਏ ਮਸ਼ੂਕ ਹੈ ਮੇਰੀ ਹੈ ਹਾਂ ਮੈਂ ਮੁਰਾਦ ਹਾਂ ਤੇ ਇਹ ਸਹਿਤੀ ਹੈ ਅੱਛਾ ਅੱਛਾ ਸਹਿਤੀ ਹੈ ਹਾਂ ਪਲ ਤਾਂ ਅਜੀਬ ਜਿਹੀਆਂ ਕੁੜੀਆਂ ਸਨ ਮਿਲੀਆਂ ਨੇ ਅਜੀਬ ਜਿਹੀਆਂ ਨਜ਼ੀਰਾਂ ਬਸ਼ੀਰਾਂ ਆ ਪਹਿਲੀ ਮਿਲੀ ਹੈ ਜਿਹੜੀ ਸਹਿਤੀ ਹੈ ਓਏ ਨਾ ਇਸ ਦਾ ਤੇ ਮੈਂ ਵੀ ਤੇ ਨਾ ਹੀ ਪਿਆਦਾ ਇਹ ਸਹਿਤੀ ਹੈ ਨਾ ਕਰ ਵਾਹ ਬਈ ਵਾਹ ਚੰਗਾ ਮਸ਼ੂਕ ਹੈ ਭਾਈ ਇਹ ਮੇਰਾ ਪੱਪੂ ਬੜਾ ਮਸੂਮ ਹੈ ਨਿੱਕਾ ਹਲੇ ਹਾਂ ਜੀ ਆ ਬਸ ਸੁਣਈ ਸ਼ੈ ਮੁਰਾਦ ਮੈਂ ਸੈਤੀ ਕੌਣ ਮੁਰਾਦ ਇਹ ਨਾ ਮੁਰਾਦ ਹੈ ਦੁਰ ਦੁਰ ਭਾਈ ਜੀ ਤੋੜੋ ਗੱਲ ਹੋ ਮੁਰਾਦ ਜੀ ਆਰਡਰ ਕਰੋ ਇਹਦੀ ਗੱਲ ਦਾ ਗੁੱਸਾ ਨਹੀਂ ਕਰਨਾ ਇਹ ਕਹਿ ਦੋ ਇਹ ਕਹਿ ਦੋ ਤੇ ਮੇਰਾ ਡੰਡਾ ਕਿੱਥੇ ਡੰਡੇ ਨੂੰ ਤੇ ਛੱਡ ਤੇਰੀ ਤੇ ਲੱਤ ਵੀ ਸਿੱਧੀ ਹੋ ਇਹ ਪਹਿਲੇ ਬੰਦੇ ਨੇ ਤੇ ਹੀਰ ਰਾਂਝੇ ਨੂੰ ਨਹੀਂ ਸੀ ਮਿਲਣ ਦਿੱਤਾ ਸਾਡਾ ਵੀ ਪਾਲ ਲੁੱਕ ਜਾ ਲੁੱਕ ਜਾ ਲੁੱਕ ਜਾ ਕਿਉਂ ਨਹੀਂ ਲੁੱਕ ਜਾ ਮੇਰਾ ਵੀਰ ਆ ਗਿਆ ਜੇ ਆਪਣੀ ਲੜਾਈ ਚ ਮੇਰਾ ਨਾਂ ਨਾ ਭੁੱਲ ਜਾਣਾ ਲਿਖ ਲਓ ਬਹਿਣ ਮੇਰਾਵਾਂ ਦੀ ਲੜਾਈ ਹੈ ਅੱਛਾ ਜੀ ਬਹਿਣ ਨਾ ਪੱਕਾ ਕਰੋ ਬਹਿਣ ਬਰਾਵਾਂ ਦੀ ਲੜਾਈ ਮੈਂ ਨਹੀਂ ਇਹਦੇ ਤੇਰੀ ਐਵੇਂ ਇੱਜ਼ਤ ਕੀਤੀ ਜਾਂ ਕੋਈ ਤੂੰ ਤੇ ਮੇਰਾ ਸਾਲਾ ਮੇਰੇ ਭਰਾ ਨਾਲ ਇੰਜ ਦੀਆਂ ਗੱਲਾਂ ਨਾ ਕਰ ਮੈਂ ਆਪਣੇ ਭਰਾ ਕੇ ਅੱਖ ਨਹੀਂ ਚੁੱਕ ਸਕਦੀ ਮੈਂ ਇਸ਼ਕ ਤੇ ਕਰ ਸਕਨੀ ਆ ਪਰ ਆਪਣੇ ਭਰਾ ਕੇ ਅੱਖ ਨਹੀਂ ਚੁੱਕ ਸਕਦੀ ਮੈਂ ਮੱਲੇ ਦੇ ਪੰਜ ਛੇ ਮੁੰਡੇ ਫਸਾ ਸਕਨੀ ਆ ਪਰ ਆਪਣੇ ਭਰਾ ਕੇ ਅੱਖ ਨਹੀਂ ਚੁੱਕ ਸਕਦੀ ਮੈਂ ਮਰਜ਼ੀ ਨਾਲ ਨੱਸ ਕੇ ਵਿਆਹ ਤੇ ਕਰ ਸਕਨੀ ਆ ਪਰ ਆਪਣੇ ਭਰਾ ਕੇ ਅੱਖ ਨਹੀਂ ਚੁੱਕ ਸਕਦੀ ਇਹ ਵੀ ਕਹਿ ਦੇ ਨਾ 15 20 ਬੱਚੇ ਜੰਮ ਕੇ ਅੱਖ ਨਹੀਂ ਚੁੱਕ ਸਕਦੀ ਅਜੇ ਰਹਿ ਕਿਹੜੀ ਅੱਖ ਵਾਲੀ ਗੱਲ ਰਹਿ ਗਈ ਸੀ ਹਲੇ 15 20 ਬੱਚੇ ਹੋ ਜਾਣ ਕਿੱਥੋਂ ਚੁੱਕੀ ਜਾਂਦੀ ਹੈ ਨੌਕਰ ਤੇਰੀ ਬਹਿਣ ਚਗਲ ਜਾਣ ਦੀ ਬਹਿਣ ਬੁਲਾ ਉਹਨੂੰ ਨਵੀਂ ਗੱਡੀ ਨਹੀਂ ਲੈਣੀ ਲੈਣੀ ਚਵਲਾ ਉਹਦਾ ਸ਼ੋਰੂਮ ਆ ਪੈਦਲ ਫਿਰੀ ਜਾਣੇ ਪੈਦਲ ਇਸ ਨੂੰ ਵੀ ਗੱਲ ਨਹੀਂ ਕਰਦੀ ਹੈ ਮੇਰੇ ਕੋਲ ਆਪਣੀ ਗੱਡੀ ਅੱਲਾ ਦਾ ਫਾਇਦਾ ਹੈ ਉਹਦੇ ਕੋਲ ਛੋਟੀ ਹੁਣ ਵੱਡੀ ਲੈ ਹਾਂ ਮੈਂ ਤੁਹਾਡੇ ਦੁੱਖੋਂ ਲੈਣੀ ਨਹੀਂ ਮੈਂ ਫੈਸਲਾ ਕਰ ਵੀਰਾ ਕਿਉਂ ਲੜਨਾ ਇਹਨਾਂ ਨਾਲ ਮੈਂ ਲੜਨਾ ਜਾ ਮੇਰੇ ਕੋਲ ਕੂੜੇ ਵਾਲੀ ਗੱਡੀ ਠੀਕ ਆ ਤੂੰ ਕਰੇਗਾ ਲੜ ਲਈ ਕਿਉਂ ਲੜਨਾ ਲੱਲੀ ਮੇਰਾ ਤੂੰ ਲਿਖੀ ਜਾ ਤੈਨੂੰ ਕਾਦੀ ਟੈਨਸ਼ਨ ਲਿਖੀ ਜਾ ਬੇਵਕੂਫਾ ਬਹਿ ਨਹੀਂ ਮੈਂ ਤੈਨੂੰ ਮੈਂ ਸੁਰਗੋਤੇ ਵਿਆਹਣਾ ਜਾਣ ਕੇ
ਤੇਰੇ ਵਾਸਤੇ ਬੈਨ ਨਹੀਂ ਹੈ, ਤੂੰ ਤਾਂ ਇਹ ਸਿੱਧੀ ਸਿੱਧੀ ਤੇਰੇ ਵਾਸਤੇ BMW ਹੀ ਤੈਨੂੰ ਹੋਰ ਨਹੀਂ ਆ ਰਹੀ। ਇੰਗਲਿਸ਼ ਚ ਬਣਦਾ ਕੀ BMW ਦਾ? BM ਇਹ ਅੰਗਰੇਜ਼ਾਂ ਨੇ ਬਲਾ ਬਗੈਰਤ ਦੀ ਅੰਗਰੇਜ਼ੀ ਬਣਾਈ ਹੈ ਕਿ ਨਹੀਂ? ਨਹੀਂ ਬਲਾ ਕਿਉਂ ਨਹੀਂ ਬਣਾਈ? ਕਿਉਂ ਆਪ ਜੋ ਬਗੈਰਤ ਹੁੰਦੇ। ਵੈਰੀ ਗੁੱਡ, ਇਹਨੂੰ ਫਾਂਸੀ ਦਾ ਆਰਡਰ। ਉਹ ਜਾ ਪਰ ਨਾ ਕਰ, ਮੇਰੇ ਮੁਰਾਦ ਨਾਲ ਇਹੋ ਜੀ ਗੱਲਾਂ, ਮੈਂ ਮਰ ਜਾਾਂਗੀ ਇਸ ਮੁਰਾਦ ਪਿੱਛੇ। ਤੇ ਮਰੀ ਅੱਗੇ ਵੀ ਬਸ ਤੁਸੀਂ ਗੱਲਾਂ ਕਰੋ, ਆ ਮੈਂ ਤੈਨੂੰ ਕੁਲਫੀ ਲੈ ਦਿਆਂ। ਪਾਣੀ ਨਹੀਂ ਆਉਂਦੇ ਆ, ਇਹਦਾ ਕੀ ਮਤਲਬ? ਪਾਣੀ ਤੇ ਟੁੱਟੀ ਸ਼ਕਲ ਜਾਣਦੀ ਅੱਗੇ ਜਿਵੇਂ ਅਸੀਂ ਨਾਉਂਦੇ ਆ। ਬਹੁਤ ਅੱਛਾ, ਅਸੀਂ ਤਾਂ ਪਿੰਡੋਂ ਹੀ ਟੁਰੇ ਆ। ਖਾਣ ਪੀਣ ਵਾਸਤੇ ਲੈ ਕੇ ਆ ਜੀ, ਆ ਗਿਆ ਪਾਣੀ। ਹੈ ਕੌਣ ਇਹ? ਕੀ ਹੋਇਆ? ਕੇਬਲ ਦੀ ਤਾਰ ਕਟਵਾਓ। ਕਿਉਂ? ਕੇਬਲ ਨੀ ਸਹੀ ਆ ਰਹੀ ਵੀਰ। ਉਹ ਮੈਂ ਪਛਤੋ ਗਾਣੇ ਵੇਖਣ ਤੇ ਆ, ਕੋਈ ਕੁੜੀ ਮੇਰੇ ਵੱਲ ਮੂੰਹ ਹੀ ਨਹੀਂ ਕਰਾਉਂਦੀ। ਭਲਾ ਕਿਉਂ ਨਹੀਂ ਕਰ ਰਹੀ? ਕਿਉਂ? ਪਾਣੀ ਨਹੀਂ ਆ ਰਿਹਾ। ਉਹੀਓ ਤਾਂ ਨਹੀਂ ਗੋਵਿੰਦਲ ਸਾਹਿਬ? ਉਹ ਨਹੀਂ, ਇਹ ਗੋਵਿੰਦਲ ਸਾਹਿਬ ਦਾ ਭਾਣਜਾ। ਹਾਂਜੀ, ਉਹ ਸਿਲੀਗੇਟ ਦੇ ਨੈਣ ਨਕਸ਼ਾ ਵਾਲੇ ਆ। ਚਮੜ ਦਾ ਮੂੰਹ ਹੈ ਇਹੋ ਜਿਹਾ ਮੂੰਹ ਤੋਂ ਪਹਿਲਾਂ ਜਦੋਂ ਸ਼ੀਸ਼ੇ ਦੇ ਪਰਲੇ ਪਾਸੇ ਵੇਖੀਏ। ਔਰ ਇਹੋ ਜਿਹਾ ਮੂੰਹ ਉਦੋਂ ਬਣਦਾ ਜਦੋਂ ਬੰਦਾ ਕਿਸੇ ਨੂੰ ਆਖੇ ਤੂੰ ਬਗੈਰਤ ਹੈ। ਔਰ ਇਹੋ ਜਿਹਾ ਮੂੰਹ ਉਦੋਂ ਬਣਦਾ ਜਦੋਂ ਅਚਾਨਕ ਕੁੱਤਾ ਪਵੇ। ਤੇ ਇਹੋ ਜਿਹਾ ਮੂੰਹ ਉਦੋਂ ਬਣਦਾ ਜਦੋਂ ਬੰਦਾ ਲਾੜਾ ਬਣ ਕੇ ਤੁਹਾਡੇ ਘਰ ਬੈਠਾ ਹੁੰਦਾ ਹੈ। ਆਲੇ ਮੂੰਹ ਹੀ ਬਣਾਉਣ ਡਰ ਪਏ ਹੋ। ਸ਼ੁਕਰ ਹੈ ਕਿਸੇ ਦੇ ਗੱਲ ਤੇ ਹੱਸੀ ਭੈਣ ਜੀ। ਤੈਨੂੰ ਕਿਸ ਗੱਲ ਦਾ ਹਾਸਾ? ਉਹ ਕਹਿੰਦਾ ਜਦੋਂ ਲਾੜਾ ਬਣ ਕੇ ਤੁਹਾਡੇ ਘਰ ਬੈਠਾ ਹੁੰਦਾ। ਇਹ ਹਾਸੇ ਵਾਲੀ ਕਿਹੜੀ ਗੱਲ? ਉਹ ਨਹੀਂ, ਜਦੋਂ ਉਹਨੇ ਕਿਹਾ ਜਦੋਂ ਲਾੜਾ ਬਣ ਕੇ ਤੁਹਾਡੇ ਘਰ ਬੈਠਾ ਹੁੰਦਾ। ਤੈਨੂੰ ਸਮਝ ਨਹੀਂ? ਉਹ ਕਹਿੰਦਾ ਜਦੋਂ ਲਾੜਾ ਬਣ ਕੇ ਤੁਹਾਡੇ ਘਰ ਬੈਠਾ ਹੁੰਦਾ। ਇਹਦੇ ਹਾਸੇ ਵਾਲੀ ਕੀ ਗੱਲ ਹੈ? ਓਏ ਓਏ, ਜਦੋਂ ਲਾੜਾ ਬਣ ਕੇ ਜਦੋਂ ਤੁਹਾਡੇ ਜਾ ਪਰ ਤੂੰ ਐਡਾ ਕਰੋੜ ਕੇ ਕਿਉਂ ਪੁੱਛਣ ਲੱਗ ਪੈਂਦਾ? ਤੂੰ ਪੁੱਛੀ ਨਾ ਕਿਹੜਾ ਗੋਂਦ ਲਈ ਆ ਤੇਰਾ। ਹਾਂ ਭੈਣਾ ਆ ਜਾ ਯਾਰ। ਓਏ ਤੁਹਾਡੇ ਵਾਸਤਾ ਰੋਕ ਨਹੀਂ, ਜਾਓ ਕੋ ਚੰਗੜੀ ਚੁੰਗੜੀ ਘੇਰੋ ਜਾ ਕੇ ਬੇਟਾ। ਇਹ ਚਾਹੁੰਦਾ ਕਿ ਇਹਨਾਂ ਦੀ ਬੱਚੀ ਵੀ ਕੰਮ ਤੇ ਲੱਗ ਜਾਏ। ਚਲੋ ਸਾਡੀਆਂ ਕਿਹੜੀਆਂ ਆਪਣੀਆਂ, ਅਸੀਂ ਵੀ ਚਨਿਓਟੋ ਲਿਆਂਦੀਆਂ ਵਾ। ਚਲੋ ਗੱਲ ਖੋਲੀ ਗਈ ਹੈ, ਜਾ ਦਫਾ ਹੋ ਜਾ। ਹਾਂ ਹਾਂ, ਵਾਜਵਾ। ਅਸਲਾਮ ਅਲੈਕਮ। ਵਾਲੇਕਮ ਸਲਾਮ। ਅੱਜ ਮੁਸਲਮਾਨ ਹੋਇਆ? ਕਿੰਨੀ ਸੋਹਣੀ ਕੁੜੀ ਹੈ ਯਾਰ। ਆਹੋ, ਤੁਹਾਡੀਆਂ ਬੱਚੀਆਂ ਤੇ ਕੁਝ ਵੀ ਨਹੀਂ। ਇਹ ਕੀ ਕਰਨ ਡਏ ਓਏ? ਇੱਥੇ ਖੁੱਲਮ ਖੁੱਲਾ ਇਸ਼ਕ ਹੋ ਰਿਹਾ ਹੈ। ਅੱਜ ਜਾ ਕੇ ਦੱਸ ਲਾਵਾਂ ਗੋਂਦਲ ਸਾਹਿਬ ਨੂੰ। ਓ ਜਾ ਦੱਸ ਜਿਹੜਾ ਗੋਂਦਲ ਹੀ। ਓਏ ਇੱਕ ਮਿੰਟ ਥੋੜਾ ਮੇਰੀ ਗੱਲ। ਇਹ ਤੁਹਾਡੇ ਘਰ ਪਿਸਤੌਲ ਕੋਈ ਨਹੀਂ? ਮੇਰੇ ਕੋਲ ਹੈ ਸੀ, ਲੇਕਿਨ ਇਸ ਟਾਈਮ ਨਹੀਂ। ਵੇ ਤੇਰੇ ਕੋਲ ਅਸਲਾ ਨਹੀਂ? ਇਹਨੂੰ ਫੜ ਲਓ, ਇੰਡੀਆ ਦੀ ਜਸੂਸ ਸਾਡੇ ਅਸਲੇ ਚੈੱਕ ਕਰਨ ਆਈ ਜੇ ਫੜੋ ਇਹਨੂੰ। ਚੱਲ ਵੇ ਜਾ, ਤੂੰ ਮੁਰਾਦ ਹੋ ਹੀ ਨਹੀਂ ਸਕਦਾ, ਤੇਰੇ ਕੋਲ ਤੇ ਅਸਲਾ ਹੀ ਨਹੀਂ। ਆ ਲੈ ਅਸਲਾ ਲੈ। ਆ ਬਰਾਵਾ, ਮੇਰੇ ਕੋ ਚਾਰ ਬਦਮਾਸ਼ ਪੈ ਗਏ, ਤੂੰ ਕਿਵੇਂ ਛੁੜਾਏਗਾ ਮੈਨੂੰ? ਇਹਦੇ ਕੋ ਬੜੀਆਂ ਗੋਲੀਆਂ, ਕੰਧਾਂ ਨਹੀਂ ਪਾ ਕੇ ਨੱਕ ਨੱਪ ਲੈਂਦਾ। ਓਏ ਓਏ, ਇਹਨਾਂ ਵਾਲੇ ਬਦਮਾਸ਼ ਵਾਲੇ ਕੰਮ ਛੱਡ ਦੇ, ਹੁਣ ਤੂੰ ਐਡੀ ਵੱਡੀ ਕੰਮ ਹੋ ਗਿਆ। ਤੇਰੇ ਕੋਲ ਅਸਲਾ ਨਹੀਂ ਤਾਂ? ਓ ਨਹੀਂ ਹੈ, ਮੇਰਾ ਮਤਲਬ ਹੈ ਇਸ ਟਾਈਮ ਨਹੀਂ ਹੈ। ਤੇ ਉਹ ਛੁਰੀ ਵੀ ਨਹੀਂ ਕਿ ਜਿਹੜੀ ਤੂੰ ਰੱਖੀ ਸੀ? ਯਾਰ ਜਲਦੀ ਗੱਲ ਕਰ ਲਓ, 5-5 ਮਿੰਟ ਹੀ ਆਉਣੇ ਨੇ। ਡਰਾਮਾ ਮੁੱਕ ਜਾਣਾ, ਫਿਰ ਮੈਂ ਕਿਹੜਾ ਤੇਰੇ ਮੱਥੇ ਲੱਗਣਾ। ਟਕਾ ਕੇ ਭਰਾ ਕਹੀਏ, ਤੂੰ ਸੌ ਜਾਣਾ ਬਾਹਰ, ਕਈਆਂ ਨੇ ਮੇਰੇ ਕੋਲ ਨੰਬਰ ਮੰਗਣ ਲੱਗ ਪੈਣੇ। ਜਿਵੇਂ ਇਹਨੇ ਨੰਬਰ ਦੇਣਾ ਨਹੀਂ, ਕਿੱਥੇ ਜਾਂਦਾ? ਕਿੱਥੇ ਡਰਾਮੇ ਦਾ ਨਾਂ ਕਿਹੜਾ ਰੱਖ ਲਿਆ ਜੇ? ਵੀਰਾ,
ਤੂੰ ਗੈਰਤਾਂ ਵਾਲਾ ਵੀਰ ਅੰਦਰ ਜਾ ਕੇ ਬਹਿ ਜਾ ਅੰਦਰ ਜਾ ਕੇ ਬਹਿ ਜਾ ਤੇਰੀ ਭੈਣ ਨੇ ਇੱਥੇ ਨੱਚਣਾ ਵੀ ਹੈ ਆਰਾਮ ਆਏ ਲੈ ਜੁੱਤੀ ਤੇ ਕਰ 800 ਬੰਦੇ ਨੂੰ ਖੁਸ਼ ਹੈ ਉਹਨਾਂ ਅੱਗੇ ਸ਼ਰਮ ਨਹੀਂ ਆਉਣ ਦੀ ਮੇਰੇ ਅੱਗੇ ਘਬਰਾਉਂਦੀ ਆ ਮੈਂ ਫਿਰ ਡਿਮ ਲੈਣ 'ਚ ਦੋ ਵੇਖ ਲੈਣਾ ਲੈ ਦਾ ਕਿਆ ਦਫਾ ਹੇ ਜਲਦੀ ਕਰ ਲੈ ਗੱਲ ਉਹ ਜਿਹੜੀ ਵੀ ਕਰ ਲਈ ਆਈ ਭਾਈ ਜੀ ਬਹੁਤ ਢਿੱਲੇ ਹੋ ਮੈਂ ਕਾਲੀ ਵਾਲਾ ਤੁਸੀਂ ਢਿੱਲੇ ਹੋ ਇੰਨੀ ਦੇਰ ਨੂੰ ਮਕਾਨ ਬਣ ਜਾਂਦਾ ਹੈ ਨਾ ਤਾਂ ਫੌਜ ਆ ਚਲੋ ਛੱਡੋ ਬਿਰਾ ਨਿਕਮ ਮਸੂਮ ਹੈ ਜਾਨੂ ਜੀ ਤੁਸੀਂ ਮੇਰੇ ਲਈ ਵੇਖਿਆ ਹੀ ਨਹੀਂ ਮੈਂ ਤੁਹਾਡੇ ਲਈ ਫੁੱਲਾਂ ਦੀ ਕੁਰਤੀ ਪਾ ਕੇ ਆਈ ਸਾਂ